ਆਲੂ, ਇਹ ਬੇਸਣ ਅਤੇ ਆਹ 5-6 ਪਿਆਜ਼ ਚੀਰੇ ਨੇ ਆਪਾਂ, ਅਤੇ ਹਰੀਆਂ ਮਿਰਚਾਂ ਅਤੇ ਜੀਰਾ ਅਤੇ ਮੇਥੀ ਹੈ ਜੀ, ਹਲਦੀ ਹੈ ਜੀ ਅਤੇ ਲੂਣ ਹੈ ਜੀ। ਇਹ ਚਾਟ ਮਸਾਲਾ ਪਕੌੜਿਆਂ 'ਤੇ ਭੁੱਕਣ ਨੂੰ ਲਓ ਜੀ। ਹੁਣ ਆਪਾਂ ਬਾਲਦੇ ਹਾਂ ਗੈਸ, ਅਤੇ ਕੜਾਹੀ ਆ ਸਾਡਾ ਲੋਹੇ ਦਾ ਜੀ, ਰਲਾ ਲਈਏ ਜੀ ਸਾਰਾ ਸਮਾਨਾ ਇਕੱਠਾ ਕਰ ਲਈਏ। ਆ ਮਿਰਚਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਜਿੰਨਾ ਜਿੰਨਾ ਕੁ ਖਾਂਦੇ ਹੋ। ਹਲਦੀ ਪਾਏ ਅਤੇ ਰੰਗਤ ਜੀ ਪਕੌੜਿਆਂ ਦੀ ਵਧੀਆ ਹੋ ਜਾਂਦੀ ਆ, ਵੈਸੇ ਨਹੀਂ ਲਾਈਟ ਲਾਈਟ ਜਿਹੇ ਰਹਿ ਜਾਂਦੇ ਚਿੱਟੇ ਚਿੱਟੇ ਜੇ, ਤਾਂ ਕਰਕੇ ਹਲਦੀ ਪਾਈ ਹੈ ਜੀ। ਚੈੱਕ ਕਰਕੇ ਵੀ ਬਣ ਗਿਆ, ਤੇਲ ਆਪਣਾ ਹੋ ਗਿਆ ਜੀ। ਆਪਾਂ ਪਾਉਣੇ ਆ ਪਕੌੜੇ,
ਹਾਂਜੀ, ਆਪਣੇ ਪਕੌੜੇ ਹੋ ਗਏ ਤਿਆਰ ਅਤੇ ਆਪਾਂ ਚਾਟ ਮਸਾਲਾ ਭੁੱਕਦੇ ਹਾਂ ਨਾ, ਅਤੇ ਟੇਸਟ ਜਿਹਾ ਬਣ ਜਾਂਦਾ ਏ। ਇੱਦਾਂ ਤੁਸੀਂ ਸੌਸ ਨਾਲ ਖਾ ਸਕਦੇ ਹੋ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ।